ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰਿੰਸ ਇੰਦਰਪ੍ਰੀਤ ਸਿੰਘ ਅਤੇ ਪ੍ਰਿੰਸ ਮਿਊਜ਼ਿਕ ਅਕੈਡਮੀ 'ਤੇ ਤੁਹਾਡਾ ਸਵਾਗਤ ਕਰਦਾ। ਅੱਜ ਅਗਲੀ ਕਲਾਸ ਵਿੱਚ ਆਪਾਂ ਰਾਗ ਥਾਟ ਭੈਰੋ ਦੀਆਂ ਸੁਰਾਂ ਵਿੱਚ ਰਿਆਜ਼ ਕਰਾਂਗੇ, ਕਿਉਂਕਿ ਪਿਛਲੀ ਜਿਹੜੀ ਕਲਾਸ ਸੀ ਆਪਣੀ ਉਹਦੇ ਵਿੱਚ ਆਪਾਂ ਕਲਿਆਣ ਥਾਟ ਬਾਰੇ ਗੱਲ ਕੀਤੀ ਸੀ। ਮਾਂ ਤੀਵਰ ਦੀ ਜਗ੍ਹਾ ਜਿਹੜੀ ਕੀ ਹੈ ਸਾਨੂੰ ਸਮਝ ਲੱਗ ਜੇ ਕਿ ਉਹ ਕਿਵੇਂ ਸੁਰ ਲਾਉਣਾ ਆ, ਉਹਦਾ ਸਰਗਮ ਦੇ ਵਿੱਚ ਲਗਾਵ ਕਿਸ ਤਰੀਕੇ ਦਾ ਹੁੰਦਾ, ਉਹ ਭਾਵ ਕਿਸ ਤਰੀਕੇ ਦੇ ਨਾਲ, ਇਮੋਸ਼ਨਸ ਕਿਸ ਤਰੀਕੇ ਨਾਲ ਕ੍ਰੀਏਟ ਹੁੰਦੇ ਜਦੋਂ ਅਸੀਂ ਮਾਂ ਸ਼ੁੱਧ ਦੀ ਬਜਾਏ ਮਾਂ ਤੀਵਰ ਲਾਉਂਦੇ ਹਾਂ, ਉਹਦੇ ਸਥਾਨ ਬਾਰੇ ਤੁਹਾਨੂੰ ਦੱਸਿਆ ਸੀ। ਅੱਜ ਅਸੀਂ ਰਾਗ ਭੈਰੋ, ਬਹੁਤ ਇੰਪੋਰਟੈਂਟ ਰਾਗ ਹੈ ਅਤੇ ਬੜਾ ਬੇਸਿਕ ਰਾਗ ਹੈ ਅਤੇ ਬੜਾ ਬੇਸਿਕ ਵੀ ਹੈ ਪਰ ਗੰਭੀਰ ਵੀ ਹੈ। ਇਹਨੂੰ ਗਾਉਣਾ ਤੁਹਾਨੂੰ ਇੱਕ ਅਲੱਗ ਮਜ਼ਾ ਜਿਹੜਾ ਇਹ ਰਾਗ ਦਾ ਹੈਗਾ, ਕਿਉਂਕਿ ਜਦੋਂ ਤੁਸੀਂ ਇਹਨੂੰ ਹੁਣ ਕਰੋਗੇ ਲਾਓਗੇ ਸ਼ੁੱਧ ਸੁਰਾਂ ਤੋਂ, ਜਦੋਂ ਤੁਸੀਂ ਬਿਲਕੁਲ ਭੈਰੋ ਦੀਆਂ ਸੁਰਾਂ ਜਿਹਦੇ 'ਚ ਰੇ ਕੋਮਲ ਅਤੇ ਧਾ ਕੋਮਲ ਲੱਗਦੇ ਆ, ਤੁਸੀਂ ਸ਼ਿਫਟ ਮੂਵ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਇਹ ਕਿੰਨਾ ਸੋਹਣਾ ਰਾਗ ਅਤੇ ਕਿੰਨਾ ਵਿਚਿੱਤਰ ਜਿਹਾ ਰਾਗ ਹੈ। ਤੋ ਇਹਦੇ ਵਿੱਚ ਰੇ ਕੋਮਲ ਜਿਸ ਤਰ੍ਹਾਂ ਮੈਂ ਦੱਸਿਆ, ਰੇ ਅਤੇ ਧਾ ਕੋਮਲ ਨੇ, ਰੇ ਦੀ ਜਗ੍ਹਾ ਜਿਹੜੀ ਮੈਂ ਦੱਸ ਦੇਵਾਂ ਸਾ ਅਤੇ ਰੇ ਸ਼ੁੱਧ ਦੇ ਬਿਲਕੁਲ ਵਿਚਾਲੇ ਵਾਲਾ ਜਿਹੜਾ ਵਾਈਟ ਸੁਰ ਹੁੰਦਾ ਉਹ ਹੁੰਦਾ ਰੇ ਕੋਮਲ। ਅਤੇ ਉਸੇ ਤਰ੍ਹਾਂ ਜੇ ਪਾ ਅਤੇ ਧਾ ਸ਼ੁੱਧ ਦੇ ਵਿਚਾਲੇ ਦੀ ਗੱਲ ਕਰੀਏ ਆਪਾਂ, ਜਿਹੜਾ ਸੁਰ ਹੁੰਦਾ ਉਹ ਹੁੰਦਾ ਧਾ ਕੋਮਲ। ਸੋ ਇਹ ਦੀਆਂ ਜਗ੍ਹਾ ਨੇ। ਸੋ ਇਹਨੂੰ ਪ੍ਰੈਕਟਿਸ ਕਿਸ ਤਰੀਕੇ ਨਾਲ ਕਰਨੀ ਆ, ਪਹਿਲਾਂ ਮੈਂ ਇੱਕ ਵਾਰ ਇੱਕ ਸਰਗਮ ਸ਼ੁੱਧ ਸੁਰਾਂ ਦੇ ਵਿੱਚ ਲਾਊਂਗਾ, ਲਾਈਕ ਬਿਲਾਵਲ ਦੇ ਵਿੱਚ, ਉਸ ਤੋਂ ਬਾਅਦ ਮੈਂ ਕਲਿਆਣ ਦੇ ਵਿੱਚ, ਅਤੇ ਉਸ ਤੋਂ ਬਾਅਦ ਆਪਾਂ ਮੂਵ ਕਰਾਂਗੇ ਭੈਰੋ ਰਾਗ ਦੇ ਵਿੱਚ। ਸੋ ਆਓ ਮੇਰੇ ਨਾਲ ਨਾਲ ਤੁਸੀਂ ਵੀ ਰਿਆਜ਼ ਕਰੋ। ਪਹਿਲਾਂ ਸ਼ੁੱਧ ਸੁਰਾਂ ਸਿੰਪਲ, ਪਹਿਲੀ ਸਰਗਮ ਲਾਵਾਂਗੇ ਸਿੰਪਲ, ਅਰੋਹ ਅਤੇ ਅਵਰੋਹ। ਤੀਵਰ ਕੀਤਾ, ਇਸ ਤੋਂ ਬਾਅਦ ਆਪਾਂ ਹੁਣ ਆਉਣੇ ਆ ਭੈਰੋ ਥਾਟ ਦੇ ਵਿੱਚ। ਭੈਰੋ ਥਾਟ ਦੇ ਵਿੱਚ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ, ਰੇ ਕੋਮਲ ਤੇ ਧਾ ਕੋਮਲ, ਇਹ ਦੋ ਸੁਰ ਕੋਮਲ ਲੱਗਣੇ ਨੇ। ਕਿਸ ਤਰੀਕੇ ਦੇ ਨਾਲ ਇਹ ਫੀਲ ਦੇਖੋ ਕਿਸ ਤਰ੍ਹਾਂ ਚੇਂਜ ਹੁੰਦਾ, ਨਾਲ ਨਾਲ ਟਰਾਈ ਕਰਿਓ, ਪਹਿਲਾਂ ਸੁਣ ਲਓ ਫਿਰ ਉਸ ਤੋਂ ਬਾਅਦ ਟਰਾਈ ਕਰਿਆ ਜੇ। ਇਸ ਰਾਗ ਦੇ ਵਿੱਚ ਕਰਦੇ ਹਾਂ ਥਾਟ ਦੇ ਵਿੱਚ, ਜਿਸ ਤਰੀਕੇ ਨਾਲ ਆਪਾਂ ਕਰਦੇ ਸੀ ਤਿੰਨ ਤਿੰਨ ਵਾਲੀ ਸਰਗਮ ਜਾਂ ਚਾਰ ਚਾਰ ਵਾਲੀ, ਸੁਣੋ ਆਪਾਂ ਚਾਰ ਚਾਰ ਵਾਲੀ ਸਰਗਮ ਹੁਣ ਲਾ ਕੇ ਦੇਖਦੇ ਹਾਂ। ਸਾ ਰੇ ਗਾ ਮਾ ਰੇ ਗਾ ਮਾ ਪਾ ਗਾ ਮਾ ਪਾ ਗਾ ਮਾ ਪਾ ਗਾ ਰੀ ਪਾ ਗਾ ਰੀ ਸਾ ਸਾ ਰੇ ਗਾ ਪਾ ਰੀ ਗਾ ਪਾ ਮਾ
ਪਹਿਲੇ ਚ ਕਰਦੇ ਹਾਂ ਸਾਰੇ ਸਾਰੇ ਗਾਵਾਂ ਰੇਗਾ ਜੇ ਗਾਵਾਂ ਪਾ ਗਾਵਾਂ ਗਾਵਾਂ ਪਾ ਦਾ ਮਾ ਪਾ ਮਾ ਪਾ ਦਾ ਨੀ ਪਾ ਦਾ ਪਾ ਦਾ ਨੀ ਸਾਰੇ ਸਾਰੇ ਦਾ ਪਾ ਨੀ ਦਾ ਨੀ ਦਾ ਪਾ ਮਾ ਦਾ ਪਾ ਦਾ ਪਾ ਮਾ ਗਾ ਪਾ ਮਾ ਪਾ ਮਾ ਗਾ ਰੇ ਮਾ ਗਾ ਮਾ ਗਾ ਰੇ ਸਾ ਸੋ ਥਾਟ ਭੈਰੋ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਜਿੰਨੇ ਵੀ ਆਪਾਂ ਅਲੰਕਾਰ ਕੀਤੇ ਹੈ ਪ੍ਰਿੰਸ ਮਿਊਜ਼ਿਕ ਅਕੈਡਮੀ ਚੈਨਲ ਦੇ ਉੱਤੇ ਲਗਭਗ 12 ਕਲਾਸਾਂ 13 ਕਲਾਸਾਂ ਲਗਭਗ ਕੰਪਲੀਟ ਹੋ ਚੁੱਕੀਆਂ ਨੇ ਤੁਸੀਂ ਪਿਛਲੀਆਂ ਜਿਹੜੀਆਂ ਕਲਾਸਾਂ ਉਹਨਾਂ ਨੂੰ ਬਕਾਇਦਾ ਪਹਿਲੀ ਕਲਾਸ ਤੋਂ ਸ਼ੁਰੂ ਕਰਕੇ ਜਿੰਨੀਆਂ ਵੀ ਹੁਣ ਤੱਕ ਅਪਲੋਡ ਹੋ ਚੁੱਕੀਆਂ ਨੇ ਉਹਨਾਂ ਨੂੰ ਦੇਖੋ ਪਲੇਲਿਸਟ 'ਚ ਜਾ ਕੇ ਫਿਰ ਤੁਹਾਨੂੰ ਇਹ ਸਾਰੀ ਗੱਲਬਾਤ ਬਾਰੇ ਤੁਹਾਨੂੰ ਸਮਝ ਲੱਗੂਗੀ ਨਾਲ ਨਾਲ ਆਪਾਂ ਅੱਜ ਦਾਦਰਾ ਤਾਲ ਬਾਰੇ ਵੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਦੇਵਾਂਗੇ ਨਾਲ ਨਾਲ ਆਪਾਂ ਅੱਜ ਦਾਦਰਾ ਤਾਲ ਬਾਰੇ ਵੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਦੇਵਾਂਗੇ ਦਾਦਰਾ ਤਾਲ ਇੱਕ ਐਸਾ ਤਾਲ ਹੈ ਜਿਹੜਾ ਲਾਈਟ ਕਲਾਸੀਕਲ ਮਿਊਜ਼ਿਕ ਦੇ ਨਾਲ ਜਿਸ ਤਰ੍ਹਾਂ ਗਜ਼ਲਾਂ ਦੇ ਨਾਲ ਜਾਂ ਗੀਤਾਂ ਦੇ ਨਾਲ ਪਲੇ ਹੋਣ ਵਾਲਾ ਤਾਲ ਹੈ ਦਾਦਰਾ ਤਾਲ ਦੀਆਂ 6 ਮਾਤਰਾ ਹੁੰਦੀਆਂ ਨੇ ਇਸ ਦੇ 2 ਭਾਗ ਹੁੰਦੇ ਆ ਤਾਲੀਏ ਦੀ 1 ਮਾਤਰਾ ਦੇ ਹੁੰਦੀ ਹੈ ਔਰ ਖਾਲੀ ਜਿਹੜੀ ਹੁੰਦੀ ਹੈ ਉਹ 4 ਮਾਤਰਾ ਦੇ ਹੁੰਦੀ ਹੈ ਜਦੋਂ ਤੁਸੀਂ ਪ੍ਰੋਪਰ ਉਸਤਾਦਾਂ ਕੋਲੋਂ ਤਬਲਾ ਸਿੱਖਦੇ ਹੋ ਤਾਂ ਉਹ ਪ੍ਰੋਪਰ ਜਦੋਂ ਤਾਲੀ ਖਾਲੀ ਤੁਹਾਨੂੰ ਸੁਣਾਉਂਦੇ ਆ ਮੈਂ ਉਹ ਤੁਹਾਨੂੰ ਇੱਕ ਵਾਰ ਕਰਕੇ ਦਿਖਾ ਦਿੰਦਾ ਧਾ ਦਿਨ ਨਾ ਧਾ ਤਿੰਨ ਨਾ ਧਾ ਦਿਨ ਨਾ ਧਾ ਤਿੰਨ ਧਾ ਦਿਨ ਨਾ ਧਾ ਤਿੰਨ ਧਾ ਦਿਨ ਦਾ ਤਿੰਨ ਧਾ ਦਿਨ ਦਾ ਤਿੰਨ ਧਾ ਦਿਨ ਦਾ ਤਿੰਨ ਧਾ ਦਿਨ ਦਾ ਤਿੰਨ ਧਾ ਦਿਨ ਧਾ ਤਿੰਨ ਸੋ ਬੋਲ ਸਪੀਡ ਉਹੀ ਰਹਿੰਦੀ ਹੈ ਬੋਲ ਦੀ ਦੁੱਗਣ ਚੌਗਣ ਹੋ ਜਾਂਦੀ ਹੈ ਇੱਕ ਵਾਰ ਤੁਸੀਂ ਇਹਦੀ ਸੁਣ ਵੀ ਲਓ ਮੈਨੂੰ ਉਮੀਦ ਹੈ ਕਿ ਅੱਜ ਦੇ ਲੈਸਨ ਦੀ ਤੁਹਾਨੂੰ ਪ੍ਰੋਪਰ ਸਮਝ ਲੱਗ ਗਈ ਹੋਏਗੀ ਤੁਸੀਂ ਇਹਦਾ ਅਭਿਆਸ ਕਰੋਗੇ ਜੁੜੇ ਰਹੋ ਪ੍ਰਿੰਸ ਮਿਊਜ਼ਿਕ ਅਕੈਡਮੀ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ